ਸਰ ਅੱਜ ਦੇ ਕੋਈ ਬ੍ਰੇਕਸ ਨਹੀਂ ਆਏ ਕਿ ਅੱਜ ਰੋਟਰੀ ਕਲੱਬ ਬਿਲਡੋਂ ਐਮਿਟੋਨ ਵੱਲੋਂ ਪਲਾਂਟੇਸ਼ਨ ਦਾ ਕਾਰਜਕ੍ਰਮ ਦਿੱਤਾ ਗਿਆ ਹੈ। ਸਾਰੇ ਰੋਟੇਰੀਅਨਸ ਇੱਥੇ ਪੌਦੇ ਲਗਾਏ ਗਏ ਨੇ ਔਰ ਇੱਕ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨੈਚੁਰਲ ਆਕਸੀਜਨ ਸੈਂਟਰ ਜਿਹਨੂੰ ਤ੍ਰਿਵੇਣੀ ਕਹਿੰਦੇ ਹੈ ਉਹ ਬੂਟੇ ਲਗਾ ਕੇ ਵੀ ਨੈਚੁਰਲ ਆਕਸੀਜਨ ਜਿਹੜੀ ਹੈ ਉਹ ਇਸ ਸੰਸਥਾ ਨੂੰ ਇਸ ਇਲਾਕੇ ਨੂੰ ਮਿਲੇ। ਸੋ ਮੈਂ ਆਪਣੇ ਵੱਲੋਂ ਰੋਟਰੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜਿਹੜੇ ਬਾਕੀ ਸੇਵਾ ਦੇ ਕੰਮ ਦੇ ਨਾਲ ਨਾਲ ਇਨਵਾਇਰਮੈਂਟ ਵੱਲ ਵੀ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਔਰ ਅੱਜ ਦਾ ਜਿਹੜਾ ਫੰਕਸ਼ਨ ਹੈ ਉਹਦੇ ਲਈ ਵੀ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ। ਅਸੀਂ ਰੋਟਰੀ ਕਲੱਬ ਹੁਸ਼ਿਆਰਪੁਰ ਮਿੰਟਾਂ ਦੀ ਤਰਫੋਂ ਸਾਡੇ ਫਾਊਂਡਰੀ ਮੈਂਬਰ ਡਾਕਟਰ ਲੇਕਿਨ ਡਾਕਟਰ ਅਵਿਨਾਸ਼ ਰਾਏ ਖੰਨਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਕਿ ਉਹਨਾਂ ਨੇ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਿਆ ਔਰ ਸਾਡੇ ਫੰਕਸ਼ਨ ਦੇ ਵਿੱਚ ਨਾਲ ਪਾਰਟੀਸਪੇਟ ਕੀਤਾ ਹੈ ਔਰ ਬੂਟੇ ਲਾ ਕੇ ਜਿਹੜੀ ਹੈ ਇਨਵਾਇਰਮੈਂਟ ਬਾਰੇ ਛੋਟੇ ਬੱਚਿਆਂ ਨੂੰ ਜਦੋਂ ਦੱਸਿਆ ਕਿ ਆਪਣੀ ਇਨਵਾਇਰਮੈਂਟ ਕਿਸ ਤਰ੍ਹਾਂ ਸਕੂਲ ਸੰਭਾਲ ਰੱਖਣੀ ਇਨਵਾਇਰਮੈਂਟ ਦੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਮੈਂਬਰ ਔਰ ਜਿਹੜੇ ਬੱਚੇ ਸਕੂਲ ਦੇ ਹੈ ਇਹ ਆਪਣੇ ਜਿਹੜਾ ਸਾਡਾ ਆਲੇ ਦੁਆਲੇ ਦਾ ਵਾਤਾਵਰਨ ਹੈ ਉਹ ਬਿਲਕੁਲ ਸਾਫ਼ ਰੱਖਿਆ ਕਰਨਗੇ। ਸਾਫ਼ ਸਫਾਈ ਦਾ ਵੀ ਉਹਨਾਂ ਧਿਆਨ ਰੱਖਣਗੇ। ਜਿਹੜੀ ਲੈਕਸ ਸਾਡੇ ਹਿੰਦੁਸਤਾਨ ਦੇ ਵਿੱਚ ਜ਼ਰੂਰ ਹੋ ਰਹੀ ਹੈ ਪਰ ਸਾਡੇ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਸ ਪਾਸੇ ਸਾਨੂੰ ਤੋਰਿਆ ਕਿ ਆਪਣਾ ਆਂਢ ਗੁਆਂਢ ਘਰ ਤਾਂ ਸਾਰੇ ਸਾਫ਼ ਰੱਖਦੇ ਆਂਢ ਗੁਆਂਢ ਵੀ ਸਾਫ਼ ਰੱਖੋ। ਬਹੁਤ ਬਹੁਤ ਧੰਨਵਾਦ ਸਰ। ਸਰ ਤਿਆਰ ਹੋ ਗਈ ਵੇਖ ਪੁੱਤ ਇਹ ਵੀ ਕੁਦਰਤ ਦਾ ਕਿੰਨਾ ਖੂਬਸੂਰਤ ਨਜ਼ਾਰਾ ਹੈ।